ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਦੇਖ ਰਹੇ ਸਾਰੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਗੁਰਪ੍ਰਤਾਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਗੁਰਬਾਣੀ ਗਾਵੇ ਭਾਈ ਪ੍ਰੋਗਰਾਮ। ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਵੀ ਅਸੀਂ ਗੁਰੂ ਘਰ ਦੀ ਕੀਰਤਨੀਆਂ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਹਾਂ, ਪਰ ਅੱਜ ਅਸੀਂ ਇੱਕ ਨਵਾਂ ਉਪਰਾਲਾ ਕਰਨ ਜਾ ਰਹੇ ਹਾਂ ਕਿ ਗੁਰਮਤਿ ਸੰਗੀਤ ਨੂੰ ਜਿਨ੍ਹਾਂ ਦੀ ਦੇਣ ਹੈ ਤੇ ਪੰਜਾਬ ਦੇ ਸੰਗੀਤ ਨੂੰ ਜਿਨ੍ਹਾਂ ਦੀ ਦੇਣ ਹੈ ਉਹਨਾਂ ਬਾਰੇ ਵੀ ਅੱਜ ਅਸੀਂ ਹੋਰ ਵਿਦਵਾਨਾਂ ਨਾਲ ਗੱਲਬਾਤ ਕਰਾਂਗੇ, ਖਾਸ ਕਰਕੇ ਉਹ ਜਿਹੜੇ ਕਿ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਨੇ, ਇਸ ਦੁਨੀਆਂ ਦੇ ਵਿੱਚ ਨਹੀਂ ਹੈਗੇ। ਤੇ ਮੇਰੀ ਮੁਰਾਦ ਹੈ ਅੱਜ ਦੇ ਇਸ ਪ੍ਰੋਗਰਾਮ ਦੀ ਪ੍ਰੋਫੈਸਰ ਤਾਰਾ ਸਿੰਘ ਬਾਰੇ, ਪ੍ਰੋਫੈਸਰ ਤਾਰਾ ਸਿੰਘ ਜਿਨ੍ਹਾਂ ਦੀ ਪੰਜਾਬ ਦੇ ਸੰਗੀਤ ਨੂੰ ਤੇ ਗੁਰਮਤਿ ਸੰਗੀਤ ਨੂੰ ਇੱਕ ਖਾਸ ਦੇਣ ਰਹੀ ਹੈ, ਜਿਨ੍ਹਾਂ ਦਾ ਜਨਮ 1919 ਦੇ ਵਿੱਚ ਪਿੰਡ ਸਿੱਧੂਪੁਰ ਖੁਰਦ ਦੇ ਵਿੱਚ ਜ਼ਿਲ੍ਹਾ ਰੋਪੜ ਵਿੱਚ ਹੋਇਆ। ਤੇ ਇਸ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਵਿੱਚ ਮੌਜੂਦ ਨੇ ਪ੍ਰਸਿੱਧ ਵਿਦਵਾਨ ਗੁਰਮਤਿ ਸੰਗੀਤ ਦੇ ਆਚਾਰੀਆ ਤੇ ਸੰਗੀਤ ਦੇ ਆਚਾਰੀਆ ਡਾਕਟਰ ਗੁਰਨਾਮ ਸਿੰਘ ਜੀ ਤੇ ਡਾਕਟਰ ਅਲੰਕਾਰ ਸਿੰਘ ਜੀ, ਜੋ ਕਿ ਉਹਨਾਂ ਦੇ ਵਿਦਿਆਰਥੀ ਰਹੇ ਨੇ। ਸਰ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਡਾਕਟਰ ਅਲੰਕਾਰ ਸਿੰਘ ਜੀ ਉਹਨਾਂ ਤੋਂ, ਜਿਨ੍ਹਾਂ ਨੇ ਉਹਨਾਂ ਦੇ ਉੱਤੇ PhD ਵੀ ਕੀਤੀ ਹੈ ਪ੍ਰੋਫੈਸਰ ਤਾਰਾ ਸਿੰਘ ਜੀ ਦੇ ਉੱਤੇ। ਡਾਕਟਰ ਅਲੰਕਾਰ ਸਿੰਘ ਜੀ, ਸਾਨੂੰ ਮੁੱਢਲੀ ਜਾਣਕਾਰੀ ਪ੍ਰੋਫੈਸਰ ਤਾਰਾ ਸਿੰਘ ਜੀ ਬਾਰੇ ਦੱਸੋ ਤੁਸੀਂ। ਜੀ ਪ੍ਰਤਾਪ ਜੀ, ਤਾਰਾ ਸਿੰਘ ਜੀ ਦਾ ਜਨਮ ਜਿਵੇਂ ਤੁਸੀਂ ਦੱਸਿਆ ਹੈ ਕਿ 1919 ਵਿੱਚ ਹੋਇਆ, ਔਰ ਲਗਭਗ ਪੂਰੇ 100 ਸਾਲ ਹੋ ਗਏ ਨੇ ਉਹਨਾਂ ਦੀ ਸ਼ਤਾਬਦੀ ਜਿਹੜੀ ਹੈ ਅਸੀਂ ਇਸ ਸਾਲ ਮਨਾਈ ਹੈ ਪੰਜਾਬੀ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਚੇਅਰ ਅਤੇ ਸੰਗੀਤ ਵਿਭਾਗ ਵੱਲੋਂ ਵੀ। ਪ੍ਰੋਫੈਸਰ ਤਾਰਾ ਸਿੰਘ ਜੀ ਇੱਕ ਕਿਸਾਨ ਪਰਿਵਾਰ ਵਿੱਚ ਸਰਦਾਰ ਬਾਰਾ ਸਿੰਘ ਜੀ ਦੇ ਘਰ ਪੈਦਾ ਹੋਏ, ਔਰ ਘਰ 'ਚ ਉਸ ਸਮੇਂ ਜਿਵੇਂ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਹਲੇ ਗ੍ਰੀਨ ਰੈਵੋਲਿਊਸ਼ਨ ਨਹੀਂ ਸੀ ਆਇਆ, ਖੇਤੀ ਦੇ ਹਾਲਾਤ ਮਾੜੇ ਹੀ ਸਨ, ਪਰ ਉਹਨਾਂ ਦੇ ਘਰ ਵਿੱਚ ਸ਼ੁਰੂ ਤੋਂ ਹੀ ਗੁਰਮਤਿ ਅਤੇ ਸੰਗੀਤ ਵੱਲ ਝੁਕਾਅ ਸੀ। ਉਹਨਾਂ ਦੇ ਦਾਦਾ ਜੀ ਨੂੰ ਵੀ ਬਹੁਤ ਸ਼ੌਕ ਸੀ, ਉਹ ਕਿੱਸੇ ਵਾਰਾਂ ਗਾਉਣ ਦਾ ਚੋਖਾ ਮਸ ਰੱਖਦੇ ਸੀ, ਔਰ ਉਸ ਸਮੇਂ ਕਿਉਂਕਿ ਦੇਸ਼ ਹਲੇ ਗੁਲਾਮ ਸੀ, ਪਰ ਜਿਹੜੀ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਇਹ ਸਾਰਾ ਜਿਹੜਾ ਸਮਾਜ ਵਿੱਚ ਉਸ ਵੇਲੇ ਵਰਤਾਰਾ ਸੀ, ਉਹਦਾ ਸੁਭਾਵਕ ਹੀ ਸੀ ਕਿ ਪ੍ਰੋਫੈਸਰ ਤਾਰਾ ਸਿੰਘ ਜੀ ਦੇ ਪਰਿਵਾਰ ਤੇ ਅਤੇ ਉਹਨਾਂ ਦੇ ਉੱਪਰ ਵੀ ਅਸਰ ਪਵੇ ਜੀ। ਔਰ ਉਹਨਾਂ ਨੂੰ ਸੰਗੀਤ ਦਾ ਇੰਨਾ ਸ਼ੌਕ ਸੀ ਸਿੱਖਣ ਦਾ ਕਿ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਮੋਢਿਆਂ ਤੇ ਚੁੱਕ ਕੇ ਉੱਥੇ ਨੇੜੇ ਹੀ ਖਰਗੁਣਾ ਨਾਮਕ ਪਿੰਡ ਹੈ ਜਿਹਨੂੰ ਕਿ ਅਸੀਂ ਖਰਗੁਣਾ ਟਕਸਾਲ ਕਹਿੰਦੇ ਹਾਂ, ਉੱਥੇ ਸਿਖਾਉਣ ਲਈ ਲੈ ਕੇ ਜਾਂਦੇ ਸੀ ਜੀ। ਪ੍ਰੋਫੈਸਰ ਤਾਰਾ ਸਿੰਘ ਜੀ ਨੇ ਗਾਇਨ ਸਿੱਖਿਆ, ਉੱਥੋਂ ਤਬਲਾ ਵੀ ਸਿੱਖਿਆ। ਇੱਕ ਮੰਦਭਾਗੀ ਘਟਨਾ ਹੋਈ, ਉਹਨਾਂ ਦੇ ਕਿਸੇ ਸਹਿਪਾਠੀ ਨੇ ਉਹਨਾਂ ਨੂੰ ਈਰਖਾ ਵਾਸ ਸੰਧੂਰ ਖਵਾ ਦਿੱਤਾ, ਕਿਉਂਕਿ ਉਹ ਇੰਨਾ ਅੱਛਾ ਗਾਉਂਦੇ ਸੀ, ਇੰਨੇ ਸੁਰੀਲੇ ਸੀ, ਉਹਦੇ ਨਾਲ ਉਹਨਾਂ ਦੀ ਆਵਾਜ਼। ਕਦੋਂ ਦੀ ਘਟਨਾ ਹੈਗੀ ਹੈ, ਕਿੰਨੇ ਸਾਲ ਦੀ ਸੀ ਉਦੋਂ? ਲਗਭਗ ਉਦੋਂ ਜ਼ਿਆਦਾ ਨਹੀਂ, 10-12 ਸਾਲ ਦੇ ਹੋਣਗੇ, ਪਰ ਉਹ ਫਿਰ ਭਾਈ ਸੰਪੂਰਨ ਸਿੰਘ ਜੀ ਜਿਹੜੇ ਉੱਥੇ ਸਿਖਾਉਂਦੇ ਸੀ, ਉਹਨਾਂ ਨੇ ਫਿਰ ਇਹਨਾਂ ਨੂੰ ਤਬਲਾ ਸਿਖਾਇਆ ਤੇ ਕਿ ਉਹ ਆਪਣੇ ਨਾਲ ਹੀ ਬਰਮਾ ਲੈ ਗਏ ਜੀ। 1935 ਵਿੱਚ ਪ੍ਰੋਫੈਸਰ ਤਾਰਾ ਸਿੰਘ ਜੀ ਰੰਗੂਨ ਗਏ ਆਪਣੇ ਉਸਤਾਦ ਦੇ ਨਾਲ ਜੀ। ਉੱਥੇ ਜਾ ਕੇ ਫਿਰ ਉਹਨਾਂ ਨੂੰ ਬਹੁਤ ਉਤਸ਼ਾਹ ਮਿਲਿਆ, ਕਿਉਂਕਿ ਉੱਥੇ ਜਾ ਕੇ ਉਹਨਾਂ ਨੇ ਹੋਰ ਸ਼ਾਸਤਰੀ ਸੰਗੀਤ ਦੀਆਂ ਹਸਤੀਆਂ ਪਾਸੋਂ ਬਹੁਤ ਕੁਛ ਸਿੱਖਿਆ, ਸਿਤਾਰ ਵੀ ਸਿੱਖੀ, ਗਾਇਨ ਵੀ ਸਿੱਖਿਆ। ਪੰਡਿਤ LD ਭਾਗਵਤ, ਜੋ ਕਿ ਪੰਡਿਤ ਵਿਸ਼ਨੂੰ ਦਿਗੰਬਰ ਪਰੂਸਕਰ ਪਰੰਪਰਾ ਵਿੱਚੋਂ ਸੀ, ਉਹਨਾਂ ਪਾਸੋਂ ਗਾਇਨ ਸਿੱਖਿਆ ਜੀ। ਨਿਤਿਆਨੰਦ ਚੋਪੜਾ ਜੀ ਪਾਸੋਂ ਸਿੱਖਿਆ। ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਦੇ ਪਰਿਵਾਰ ਦੇ ਪਿਛੋਕੜ ਦੇ ਵਿੱਚ ਵੀ ਜਿੱਥੇ ਸੰਗੀਤ ਸੀਗਾ, ਪਰ ਉਹਨਾਂ ਨੇ ਜਿਹੜੀ ਵਿਦਿਆ ਹੈਗੀ ਸੰਸਾਰਕ ਵਿਦਿਆ ਸੰਗੀਤ ਦੀ, ਉਹ ਵੀ ਉਹਨਾਂ ਨੂੰ ਗੁਣੀ ਜਣਾ ਤੋਂ ਮਿਲੀ, ਬਹੁਤ ਗੁਣੀ ਜਣਾ ਤੋਂ ਮਿਲੀ। ਔਰ ਬਰਮਾ ਦੀ ਰਾਜਧਾਨੀ ਰੰਗੂਨ ਉਸ ਵੇਲੇ ਬਹੁਤ ਵੱਡਾ ਇੱਕ ਵਿਦਿਆ ਦਾ, ਸੰਗੀਤ ਦਾ ਕੇਂਦਰ ਸੀ ਜੀ। ਪ੍ਰੋਫੈਸਰ ਸਾਹਿਬ ਨੇ ਆਪਣੀ ਡਾਇਰੀ 'ਚ ਵੀ ਲਿਖਿਆ ਕਿ ਮੈਨੂੰ ਬੜਾ ਸੁਭਾਗ ਪ੍ਰਾਪਤ ਹੋਇਆ, ਉਹਨਾਂ ਦੇ ਉਸਤਾਦ ਜਿਹੜੇ ਸੰਪੂਰਨ ਸਿੰਘ ਜੀ ਤਾਂ ਵਾਪਿਸ ਆ ਗਏ ਸੀ, ਪਰ ਤਾਰਾ ਸਿੰਘ ਜੀ ਉੱਥੇ ਹੀ ਰਹੇ, ਉਹਨਾਂ ਨੂੰ ਇੰਨਾ ਅੱਛਾ ਲੱਗਿਆ, ਉੱਥੇ ਸਿਖਾਉਂਦੇ ਵੀ ਰਹੇ, ਘਰ ਘਰ ਜਾ ਕੇ ਜੀਵਨ ਸਿੱਖਦੇ ਰਹੇ। ਮਤਲਬ ਛੋਟੀ ਉਮਰ ਦੇ ਵਿੱਚ ਹੀ ਉਹ ਇੰਨੇ ਗੁਣੀ ਸੀਗੇ ਕਿ ਹੋਰਾਂ ਨੂੰ ਈਰਖਾ ਹੋਣ ਲੱਗ ਗਈ ਸੀ ਉਹਨਾਂ ਦੇ ਨਾਲ ਜੀ ਜੀ। ਇਸੇ ਦੇ ਨਾਲ ਸਾਡੇ ਨਾਲ ਡਾਕਟਰ ਗੁਰਨਾਮ ਸਿੰਘ ਜੀ ਵੀ ਜੁੜੇ ਹੋਏ ਨੇ, ਜਿਹੜੇ ਕਿ ਖੁਦ ਗੁਰਮਤਿ ਸੰਗੀਤ ਦੀ ਉਹਨਾਂ ਨੇ ਸਥਾਪਨਾ ਕਰਵਾਈ ਹੈਗੀ ਹੈ, ਉਹਨਾਂ ਤੋਂ ਜਾਣਾਂਗੇ ਪ੍ਰੋਫੈਸਰ ਤਾਰਾ ਸਿੰਘ ਜੀ ਬਾਰੇ। ਸਰ, ਤੁਹਾਡੇ ਗੁਰੂ ਵੀ ਰਹੇ ਹੋ, ਤੁਸੀਂ ਉਹਨਾਂ ਦੇ ਸਟੂਡੈਂਟ ਰਹੇ, ਮੈਂ ਪਹਿਲਾਂ ਇਹ ਜਾਣਾ ਵੀ ਤੁਹਾਡੇ ਕਿਵੇਂ ਦੇ ਅਹਿਸਾਸ ਨੇ ਉਹਨਾਂ ਨੂੰ ਲੈ ਕੇ? ਮੇਰੇ ਸੰਗੀਤ ਗੁਰੂ ਨੇ, ਮੇਰਾ ਖੁਸ਼ਕਿਸਮਤੀ ਹੈ ਕਿ ਮੈਨੂੰ ਉਹਨਾਂ ਤੋਂ ਸਿੱਖਣ ਦਾ ਸੁਭਾਗ ਮਿਲਿਆ, ਔਰ ਕਿਉਂਕਿ ਉਹਨਾਂ ਦਾ ਜਿਹੜਾ ਜੀਵਨ ਦਾ ਆਰੰਭ ਹੈ ਸੰਗੀਤ ਦੇ ਪ੍ਰਪੇਖ ਦੇ ਵਿੱਚ, ਉਹ ਇੱਕ ਟਕਸਾਲ ਤੋਂ ਹੋਇਆ, ਔਰ ਟਕਸਾਲ ਦਾ ਬੜਾ ਮਹੱਤਵ ਹੈ ਸਾਡੇ ਸਿੱਖ ਧਰਮ ਦੇ ਵਿੱਚ ਵੀ, ਔਰ ਗੁਰਮਤਿ ਦੇ ਵਿੱਚ ਵੀ। ਔਰ ਉਸਤਾਦ ਸੰਪੂਰਨ ਸਿੰਘ ਉਹਨਾਂ ਦੀ ਗੱਲ ਚੱਲੀ, ਉਸਤਾਦ ਸੰਪੂਰਨ ਸਿੰਘ ਬਹੁਤ ਵੱਡੇ ਉਸਤਾਦ ਸੀ, ਪੰਡਿਤ ਦਲੀਪ ਚੰਦਰ ਬੇਦੀ ਹੋਰਾਂ ਦਾ ਤੁਸੀਂ ਨਾਮ ਸੁਣਿਆ ਹੋਣਾ,
ਔਰ ਉਹਨਾਂ ਦੇ ਗੁਰਭਾਈ ਸੀ ਭਾਈ ਉੱਤਮ ਸਿੰਘ ਜੀ ਨੂੰ ਜੀ, ਔਰ ਭਾਈ ਉੱਤਮ ਸਿੰਘ ਜੀ ਇਹ ਸਾਰੇ ਪੰਡਿਤ ਦਲੀਪ ਚੰਦਰ ਵੇਦੀ ਭਾਈ ਲਾਲ ਜੀ ਦੇ ਸ਼ਗਿਰਦ ਸੀ, ਬੜੇ ਵੱਡੇ ਉਸਤਾਦ ਸੀ, ਔਰ ਉਹਨਾਂ ਨੇ ਇਹ ਟਕਸਾਲ ਪਰੰਪਰਾ ਚਲਾਈ, ਔਰ ਟਕਸਾਲੀ ਗੁਰਮਤ ਦੀ ਪਰੰਪਰਾ ਵੈਸੇ ਤਾਰਾ ਸਿੰਘ ਜੀ ਨੂੰ ਜਿਹੜੀ ਪ੍ਰਾਪਤ ਹੋਈ ਸੀ ਉਹ ਇੱਕ ਕਿਸਮ ਦਾ ਗੁਰਮਤ ਸੰਗੀਤ ਪ੍ਰਤੀ ਉਹਨਾਂ ਦਾ ਜਿਹੜਾ ਪ੍ਰੇਮ ਸੀ ਔਰ ਜਿਹੜਾ ਬੜਾ ਵੱਡੀ ਇੱਕ ਸੇਵਾ ਦੇ ਰੂਪ ਵਿੱਚ ਸਾਡੇ ਸਾਹਮਣੇ ਪ੍ਰਤੱਖ ਹੋਇਆ, ਔਰ ਮੇਰੇ ਵਰਗੇ ਕਈ ਜਿਹੜੇ ਸ਼ਗਿਰਦ ਨੇ ਉਹਨਾਂ ਨੂੰ ਉਹਨਾਂ ਕੋਲੋਂ ਸਿੱਖਣਾ ਨਸੀਬ ਹੋਇਆ, ਇਹ ਉਸੇ ਪਰੰਪਰਾ ਦਾ ਹੀ ਇੱਕ ਹਿੱਸਾ। ਮੈਂ ਆਪਣੇ ਆਪ ਨੂੰ ਬੜਾ ਵੱਡੇ ਭਾਗਾਂ ਵਾਲਾ ਸਮਝਦਾ ਕਿ ਪੈਸ ਤਾਰਾ ਸਿੰਘ ਉਹਨਾਂ ਦੀ ਸੰਗਤ, ਚਾਹੇ ਸਾਡੇ ਪਰਿਵਾਰ ਵਿੱਚ ਵੀ ਗੁਰਮਤਿ ਸੰਗੀਤ ਦਾ ਪ੍ਰਵਾਹ ਸੀ, ਪਰ ਪੈਸ ਸਾਹਿਬ ਨੇ ਉਸ ਨੂੰ ਹੋਰ ਪ੍ਰਬਲ ਕੀਤਾ, ਪ੍ਰਚੰਡ ਕੀਤਾ, ਔਰ ਨਾਲ ਜਿਹੜੀ ਸ਼ਾਸਤਰੀ ਸੰਗੀਤ ਔਰ ਸੰਗੀਤ ਦੀ ਤਾਲੀਮ ਜੀ ਪੈਸ ਤਾਰਾ ਸਿੰਘ ਜੀ ਨੂੰ ਦਿੱਤੀ। ਬਹੁਤ ਵੱਡੇ ਵਾਗਿਆਕਾਰ ਸੀ ਪੈਸ ਤਾਰਾ ਸਿੰਘ ਜੀ। ਵਾਗਿਆਕਾਰ ਸੰਗੀਤ ਵਿੱਚ ਉਸ ਨੂੰ ਆਖਿਆ ਜਾਂਦਾ ਜਿਹੜਾ ਗਾਇਨ ਕੀਤੀ ਜਾਣ ਵਾਲੀ ਰਚਨਾ ਦੀ ਪੋਇਟਰੀ ਵੀ ਰਚੇ ਔਰ ਨਾਲ ਉਸ ਦੀ ਜਿਹੜੀ ਸੰਗੀਤ ਦੀ ਬੰਦਿਸ਼ ਹੈ ਉਸ ਦੀ ਰਚਨਾ ਵੀ ਕਰੇ, ਅੱਛਾ ਉਹ ਸੰਗੀਤਕਾਰ ਵੀ ਹੋਵੇ ਔਰ ਕਾਵਿ ਰਚਨਾ ਵੀ ਕਰ ਸਕਦਾ ਹੋਵੇ ਪ੍ਰਪੱਕ ਰੂਪ ਵਿੱਚ, ਪ੍ਰਮਾਣਿਕ ਰੂਪ ਦੇ ਵਿੱਚ, ਉਸ ਨੂੰ ਵਾਗਿਆਕਾਰ ਮੰਨਿਆ ਜਾਂਦਾ ਸੰਗੀਤ ਵਿੱਚ। ਔਰ ਬਸ ਤਾਰਾ ਸਿੰਘ ਜੀ ਬਹੁਤ ਵੱਡੇ ਵਾਗਿਆਕਾਰ ਸੀ, ਉਹਨਾਂ ਨੇ ਸੰਗੀਤ ਵਿੱਚ ਔਰ ਗੁਰਮਤਿ ਸੰਗੀਤ ਵਿੱਚ ਬਹੁਤ ਸਾਰੀਆਂ ਜਿਹੜੀਆਂ ਸ਼ਬਦ ਕੀਰਤਨ ਰਚਨਾਵਾਂ ਨੇ ਉਹ ਰਚੀਆਂ, ਪਰ ਪੰਜਾਬ ਦੀ ਸੰਗੀਤ ਪਰੰਪਰਾ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਯੋਗਦਾਨ ਹੈ। ਜੀ, ਮੈਂ ਇਹ ਪੁੱਛਣਾ ਚਾਹੁੰਦਾ ਵੀ ਕਿਉਂਕਿ ਅਕਸਰ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਸਾਡੀ ਇੱਛਾ ਹੁੰਦੀ ਹੈ ਅਸੀਂ ਉਹਨੂੰ ਕਿਸੇ ਇੱਕ ਮੁਕਾਮ ਤੱਕ ਕਰਦੇ ਹਾਂ, ਪਰ ਉਹਦੇ ਬਾਅਦ ਉਹਦੇ ਵਿੱਚ ਯੋਗਦਾਨ ਪਾਉਣਾ, ਇੱਕ ਪੀੜ੍ਹੀ ਅੱਗੇ ਨਵੀਂ ਖੜੀ ਕਰਦੇ ਨੇ, ਉਹਦੇ ਵਿੱਚ ਪ੍ਰੋਫੈਸਰ ਤਾਰਾ ਸਿੰਘ ਦਾ ਕੀ ਯੋਗਦਾਨ ਹੈ? ਜਦੋਂ ਬੈਸ ਸਾਹਿਬ ਨੇ ਸੰਗੀਤ ਦੇ ਖੇਤਰ ਵਿੱਚ ਕੰਮ ਸ਼ੁਰੂ ਕੀਤਾ ਸੀ ਪੰਜਾਬ ਵਿੱਚ, ਉਸ ਵੇਲੇ ਸੰਗੀਤ ਇੱਕ ਵਿਸ਼ੇ ਵਜੋਂ ਲਾਗੂ ਨਹੀਂ ਸੀ, ਸਕੂਲਾਂ ਦੇ ਵਿੱਚ ਨਹੀਂ ਸੀ, ਔਰ ਪੈਸਾਬ ਦੇ ਐਫਰਟ ਦੇ ਨਾਲ ਹੀ ਪੰਜਾਬ ਦੇ ਵਿੱਚ ਸੰਗੀਤ ਦਾ ਵਿਸ਼ਾ ਜਿਹੜਾ ਹੈ ਉਹ ਇੰਟਰੋਡਿਊਸ ਹੋਇਆ, ਔਰ ਉਹ ਪਹਿਲੇ ਸਾਡੇ ਪੰਜਾਬ ਦੇ ਜਿਹੜੇ ਸੰਗੀਤ ਦੇ ਪ੍ਰੋਫੈਸਰ ਸੀ, ਮਿਊਜ਼ਿਕ ਦੇ ਪਹਿਲੇ ਸੀ, ਔਰ ਪਟਿਆਲਾ ਜਿਹੜਾ ਸਾਡਾ ਸਰਕਾਰੀ ਵਿਮੈਨ ਕਾਲਜ ਹੈ ਉਸ ਵਿੱਚ ਉਸ ਦੇ ਹੈਡ ਆਫ ਦਾ ਡਿਪਾਰਟਮੈਂਟ ਰਹੇ, ਔਰ ਉੱਥੇ ਰਹਿ ਕੇ ਉਹਨਾਂ ਨੇ ਇੰਨੇ ਜ਼ਿਆਦਾ ਸ਼ਿਸ਼ਿਆਂ ਨੂੰ ਸਿਖਾਇਆ ਕਿ ਪੰਜਾਬ ਦੇ ਵਿੱਚ ਕੋਈ ਵੀ ਲਗਭਗ ਹਰ ਕਾਲਜ ਦੇ ਵਿੱਚ ਉਹਨਾਂ ਦੇ ਸ਼ਾਗਿਰਦ ਨੇ ਜਿਹਨਾਂ ਨੇ ਕਿਸੇ ਨਾ ਕਿਸੇ ਕਲਾਸ ਦੇ ਵਿੱਚ ਉਹਨਾਂ ਤੋਂ ਤਾਲੀਮ ਲਈ, ਜਾਂ ਸ਼ਾਗਿਰਦਾਂ ਦੇ ਸ਼ਾਗਿਰਦ ਨੇ ਜਾਂ ਉਹਨਾਂ ਦੇ ਪ੍ਰਤੱਖ ਰੂਪ ਦੇ ਸ਼ਾਗਿਰਦ ਨੇ ਜਿਵੇਂ ਮੈਂ ਜਾਂ ਅਲੰਕਾਰ ਜੀ ਹਾਂ। ਪਰ ਇਸ ਤਰ੍ਹਾਂ ਉਹਨਾਂ ਨੇ ਸੰਗੀਤ ਵਿਸ਼ੇ ਨੂੰ ਪ੍ਰਫੁੱਲਤ ਕੀਤਾ, ਔਰ ਇੱਕ ਹੋਰ ਬੜੀ ਵੱਡੀ ਕੰਟਰੀਬਿਊਸ਼ਨ ਉਹਨਾਂ ਦੀ ਇਹ ਹੈ ਕਿ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ, ਕਿਉਂਕਿ ਜਦੋਂ ਉਹਨਾਂ ਨੇ ਸੰਗੀਤ ਵਿਸ਼ੇ 'ਤੇ ਰਿਸਰਚ ਸ਼ੁਰੂ ਕੀਤੀ ਸੀ ਜਾਂ ਅਧਿਐਨ ਅਧਿਆਪਨ ਦਾ ਕੰਮ ਸ਼ੁਰੂ ਕੀਤਾ ਸੀ, ਉਦੋਂ ਹਿੰਦੀ ਵਿੱਚ ਜਾਂ ਸੰਸਕ੍ਰਿਤ ਵਿੱਚ ਪੰਜਾਬੀ ਦਾ ਲਿਟਰੇਚਰ ਮਿਲਦਾ ਸੀ, ਉਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਆਪਣੇ ਪੰਜਾਬ ਦੇ ਬੱਚਿਆਂ ਦੇ ਲਈ ਉਹਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਮਿਲ ਕੇ, ਪੰਜਾਬੀ ਯੂਨੀਵਰਸਿਟੀ ਨਾਲ ਮਿਲ ਕੇ ਸੰਗੀਤ ਵਿਸ਼ੇ ਦੀਆਂ ਪਹਿਲਾਂ ਕਿਤਾਬਾਂ ਅਨੁਵਾਦ ਕਰਾਈਆਂ, ਤਿਆਰ ਕਰਵਾਈਆਂ, ਪਰ ਉਸ ਤੋਂ ਬਾਅਦ ਫਿਰ ਗੁਰਮਤਿ ਸੰਗੀਤ ਜਿਹੜਾ ਕਿ ਉਹਨਾਂ ਦਾ ਮੂਲ ਜਿੱਥੋਂ ਉਹਨਾਂ ਨੇ ਆਰੰਭ ਕੀਤਾ ਸੀ ਆਪਣੇ ਜੀਵਨ ਦਾ, ਉਸ ਪਾਸੇ ਵੱਲ ਨੂੰ ਪਰਤੇ ਔਰ ਗੁਰਮਤਿ ਸੰਗੀਤ ਦੀ ਬਹੁਤ ਸੇਵਾ ਕੀਤੀ। ਮਤਲਬ ਜਿੱਥੇ ਪੰਜਾਬੀ ਸੰਗੀਤ ਨੂੰ ਉਹਨਾਂ ਨੇ ਸ਼ੁਰੂ ਕੀਤਾ ਕਾਲਜ ਦੇ ਵਿੱਚ, ਸਕੂਲ ਦੇ ਵਿੱਚ, ਤਾਂ ਉਹਨਾਂ ਨੂੰ ਉੱਥੇ ਕਿਤਾਬਾਂ ਵੀ ਉਹਨਾਂ ਨੇ ਮੁਹੱਈਆ ਕਰਵਾਈਆਂ। ਹਾਂਜੀ, ਪਾਠ ਪੁਸਤਕਾਂ। ਤਾਂ ਇਹ ਗੁਰਮਤਿ ਸੰਗੀਤ ਦੇ ਵਿੱਚ ਕਿਵੇਂ ਸ਼ਿਫਟ ਹੋਏ ਫਿਰ ਮਿਊਜ਼ਿਕ ਪੰਜਾਬੀ ਸੰਗੀਤ ਤੋਂ? ਪੈਸ ਤਾਰਾ ਸਿੰਘ ਜੀ ਮੂਲ ਰੂਪ ਵਿੱਚ, ਕਿਉਂਕਿ ਗੁਰਮਤਿ ਸੰਗੀਤ ਦੀ ਟਕਸਾਲੀ ਉਹਨਾਂ ਨੂੰ ਸਿੱਖਿਆ ਸੀ ਜੀ, ਪਰ ਜਦੋਂ ਉਹਨਾਂ ਨੇ ਸ਼ਾਸਤਰੀ ਸੰਗੀਤ ਦੀ ਤਾਲੀਮ ਲੈਣੀ ਤਾਂ ਉਸ ਵਿੱਚ ਹੋਰ ਪ੍ਰਮਾਣਿਕਤਾ ਆਈ, ਉਹਨਾਂ ਨੇ ਗਾਇਨ ਵੀ ਸਿੱਖਿਆ ਜੀ, ਵਾਦਨ ਵੀ ਸਿੱਖਿਆ, ਔਰ ਨਾਲ ਗੁਰਮਤਿ ਸੰਗੀਤ ਦੀ ਜਿਹੜੀ ਪਰੰਪਰਾਗਤ ਤਾਲੀਮ ਉਹਨਾਂ ਨੂੰ ਉਹ ਵੀ ਸੀ, ਔਰ ਗੁਰਬਾਣੀ ਦਾ ਔਰ ਗੁਰਮਤਿ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਗਿਆਨ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਉਹਨਾਂ ਦੀ ਸੰਗਤ ਵਿੱਚ ਵੀ ਰਹੇ ਉਹ, ਔਰ ਲਗਾਤਾਰ ਨਿਰੰਤਰ ਉਹ ਮੁਤਾਲਿਆ ਕਰਦੇ ਰਹਿੰਦੇ ਸੀ, ਅਧਿਐਨ ਕਰਦੇ ਰਹਿੰਦੇ ਸੀ, ਔਰ ਉਹਨਾਂ ਦੇ ਮਨ ਵਿੱਚ ਸੀ ਕਿ ਗੁਰਮਤਿ ਸੰਗੀਤ ਇੱਕ ਬਹੁਤ ਵੱਡੀ ਪਰੰਪਰਾ ਹੈ ਜਿਸ ਨੂੰ ਉਸਦਾ ਬਣਦਾ ਸਥਾਨ ਨਹੀਂ ਦਿੱਤਾ ਗਿਆ, ਉਸਦੀ ਸੁਤੰਤਰ ਹਸਤੀ। ਉਹ ਕਹਿੰਦੇ ਹੁੰਦੇ ਸੀ ਕਿ ਗੁਰਮਤਿ ਸੰਗੀਤ ਇੱਕ ਵੱਖਰੀ ਪਦਤੀ ਹੈ, ਜਿਵੇਂ ਹਿੰਦੁਸਤਾਨੀ ਸੰਗੀਤ ਪਦਤੀ ਹੈ ਜਿਹੜੀ ਉੱਤਰ ਭਾਰਤ ਵਿੱਚ ਹੈ, ਔਰ ਦੱਖਣ ਸੰਗੀਤ ਪਦਤੀ ਹੈ ਜਿਹੜੀ ਕਰਨਾਟਕ ਵਿੱਚ ਹੈ, ਉਸੇ ਤਰ੍ਹਾਂ ਹੀ ਗੁਰਮਤਿ ਸੰਗੀਤ ਪਦਤੀ ਗੁਰੂ ਨਾਨਕ ਸਾਹਿਬ ਦੁਆਰਾ ਜਿਹੜੀ ਸਥਾਪਿਤ ਕੀਤੀ ਗਈ ਹੈ, ਇਹ ਵੀ ਇੱਕ ਵੱਖਰੀ ਸੰਗੀਤ ਪਦਤੀ ਹੈ ਜਿਸਦੇ ਉਪਕਰਣ ਸੰਗੀਤ ਤੱਤ ਭਾਵੇਂ ਭਾਰਤੀ ਸੰਗੀਤ ਵਾਲੇ ਨੇ, ਪਰ ਇਸ ਦਾ ਉਦੇਸ਼ ਅਲੱਗ ਹੋਣ ਕਰਕੇ ਇਹ ਸਹਿਜ ਹੀ ਉਹਨਾਂ ਨਾਲੋਂ ਅਲੱਗ ਹੋ ਜਾਂਦੀ ਹੈ। ਇਸ ਭਾਵਨਾ ਦੇ ਨਾਲ ਉਹਨਾਂ ਨੇ ਗੁਰਮਤਿ ਸੰਗੀਤ ਦੀ ਸਥਾਪਤੀ ਦੇ ਲਈ ਕੰਮ ਕੀਤਾ, ਪਰ ਉਹਦੇ ਲਈ ਜ਼ਰੂਰੀ ਸੀ ਕਿ ਉਹ ਕੋਈ ਬੁਨਿਆਦੀ ਕੋਈ ਪੁਸਤਕਾ ਰਚਦੇ ਜਾਂ ਗੁਰਬਾਣੀ ਨੂੰ ਉਹ ਰਾਗਬੰਦ ਕਰਦੇ। ਔਰ ਉਸ ਵੇਲੇ ਗੁਰੂ ਪ੍ਰਤਾਪ ਜੀ ਜਿਹੜਾ ਕੀਰਤਨ ਦੇ ਵਿੱਚ ਵੀ ਜੋ ਰਾਗਾਤਮਕ ਕੀਰਤਨ ਵੀ ਕੀਤਾ ਜਾਂਦਾ ਸੀ ਉਹਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੇ ਵਿੱਚ ਜਾਂ ਨਿਰਧਾਰਤ ਰਾਗ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਉਹਨਾਂ ਵਿੱਚ ਗਾਇਨ ਦਾ ਪ੍ਰਚਾਰ ਬਹੁਤ ਘੱਟ ਸੀ।
ਭਾਈ ਸਾਹਿਬ ਪਹਿਲੇ ਐਸੇ ਸ਼ਖਸ ਨੇ ਜਿਨ੍ਹਾਂ ਨੇ ਇਸ ਗੱਲ ਤੇ ਪਹਿਰਾ ਦਿੱਤਾ ਕਿ ਨਿਰਧਾਰਿਤ ਰਾਗ ਦੇ ਵਿੱਚ ਗਾਇਨ ਕਰੋ ਜੋ ਗੁਰੂ ਸਾਹਿਬ ਨੇ ਬਾਣੀ ਦੇ ਉੱਪਰ ਅੰਕਿਤ ਕੀਤਾ ਹੈ ਉਸ ਵਿੱਚ ਗਾਇਨ ਕਰੋ ਔਰ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਮਤਿ ਸੰਗੀਤ ਦਾ ਸ਼ਬਦ ਕੀਰਤਨ ਦਾ ਵਿਧਾਨ ਗੁਰੂ ਸਾਹਿਬ ਨੇ ਦਿੱਤਾ ਹੈ ਰਾਗ ਔਰ ਸੁਲੇਖਾਂ ਦੇ ਰੂਪ ਵਿੱਚ ਰਹਾਉ ਦੇ ਰੂਪ ਵਿੱਚ ਅੰਕ ਦੇ ਰੂਪ ਦੇ ਵਿੱਚ ਵੀ ਉਹਦੇ ਮੁਤਾਬਕ ਆਪਾਂ ਗਾਇਨ ਕਰੀਏ ਤਾਂ ਕਿ ਗੁਰੂ ਨੇ ਜਿਵੇਂ ਸੁਨੇਹਾ ਦਿੱਤਾ ਬਾਣੀ ਦੁਆਰਾ ਸੰਗੀਤ ਦੁਆਰਾ ਕੀਰਤਨ ਦੁਆਰਾ ਅਸੀਂ ਉਸ ਦੇ ਕੁਝ ਨੇੜੇ ਨੇੜੇ ਹੋ ਕੇ ਉਸ ਇਲਾਹੀ ਜਿਸਮਾਦੀ ਜਿਹੜਾ ਰੰਗ ਹੈ ਉਸ ਵਿੱਚ ਰੰਗੇ ਜਾਈਏ ਔਰ ਸਾਡੇ ਜੀਵਨ ਦਾ ਉਧਾਰ ਹੋਵੇ ਇਸ ਭਾਵਨਾ ਦੇ ਨਾਲ ਉਹਨਾਂ ਨੇ ਆਪਣੇ ਉਸੇ ਪਰੰਪਰਾ ਨੂੰ ਜਿੱਥੋਂ ਉਹਨਾਂ ਨੇ ਗੁਰਮਤਿ ਸੰਗੀਤ ਦਾ ਟਕਸਾਲੀ ਰੂਪ ਚ ਆਰੰਭ ਕੀਤਾ ਸੀ ਸਿੱਖੀ ਦੀ ਉਸੇ ਹੀ ਪ੍ਰੇਰਣਾ ਨੂੰ ਉਹਨਾਂ ਨੇ ਇੱਕ ਵਿਸਥਾਰ ਦਿੱਤਾ ਜਿਹੜਾ ਗੁਰਮਤਿ ਸੰਗੀਤ ਦੇ ਰੂਪ ਵਿੱਚ ਅੱਜ ਅਸੀਂ ਫਲੀਭੂਤ ਹੁੰਦਾ ਵੇਖਦੇ ਹਾਂ ਜੀ ਡਾਕਟਰ ਸਾਹਿਬ ਦੀ ਗੱਲ ਤੋਂ ਇਹ ਸਾਫ਼ ਪਤਾ ਲੱਗਦਾ ਵੀ ਜਿਹੜੀ ਗੁਰਮਤਿ ਸੰਗੀਤ ਦੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਹੜੀ ਨੀਂਹ ਰੱਖੀ ਉਹ ਪ੍ਰੋਫੈਸਰ ਤਾਰਾ ਸਿੰਘ ਜੀ ਨੇ ਰੱਖੀ ਤਾਂ ਉਦੋਂ ਜਦੋਂ ਉਹ ਕਹਿੰਦੇ ਸੀਗੇ ਵੀ ਰਾਗਬੱਧ ਕੀਰਤਨ ਕਰੋ ਜਿਹੜੇ ਰਾਗ ਚ ਹੈ ਕੀ ਉਹ ਜਿਹੜੇ ਵੱਡੇ ਰਾਗੀ ਸਿੰਘ ਸੀ ਪੁਰਾਤਨ ਰਾਗੀ ਸਿੰਘ ਸੀ ਉਹਨਾਂ ਦੀ ਗੱਲ ਫਿਰ ਉਵੇਂ ਮੰਨ ਲੈਂਦੇ ਸੀ ਸੌਖਿਆਂ ਦੇਖੋ ਉਹਨਾਂ ਨੇ ਕੋਸ਼ਿਸ਼ ਕੀਤੀ ਵੱਡਿਆਂ ਨੂੰ ਮਨਾਉਣਾ ਉਹਨਾਂ ਸੌਖਾ ਨਹੀਂ ਹੁੰਦਾ ਜਦੋਂ ਉਹਨਾਂ ਨੇ ਸਿਖਾਇਆ ਆਪਣੇ ਸ਼ਾਗਿਰਦਾਂ ਨੂੰ ਔਰ ਕਿਉਂਕਿ ਪ੍ਰੋਫੈਸਰ ਸਾਹਿਬ ਦੀ ਆਪਣੀ ਆਵਾਜ਼ ਤਾਂ ਗਾਉਣ ਤੇ ਬਹੁਤ ਮਿੱਠਾ ਗਾਉਣ ਦੇ ਲਾਇਕ ਨੇ ਰਹੀ ਸੀ ਜਿਵੇਂ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਉਹਨਾਂ ਨੂੰ ਸੰਧੂਰ ਪਾ ਦਿੱਤਾ ਗਿਆ ਸੀ ਪਰ ਜਿਹਨੂੰ ਕਹਿੰਦੇ ਨਾ ਬਲੈਸਿੰਗ ਇਨ ਡਿਸਗਾਈਜ਼ ਸ਼ਾਇਦ ਇਹੀ ਕਾਰਨ ਸੀ ਕਿ ਉਹ ਖੁਦ ਗਾ ਉਹਨਾਂ ਅੱਛਾ ਨਹੀਂ ਪਾਏ ਪਰ ਉਹ ਅੱਛੀਆਂ ਅੱਛੀਆਂ ਆਵਾਜ਼ਾਂ ਨੂੰ ਤਲਾਸ਼ਿਆ ਉਹਨਾਂ ਨੂੰ ਤਰਾਸ਼ਿਆ ਸਿਖਾਇਆ ਡਾਕਟਰ ਗੁਰਨਾਮ ਸਿੰਘ ਜੀ ਇਹਨਾਂ ਦੇ ਵੱਡੇ ਭਰਾ ਦਾ ਡਾਕਟਰ ਬਚਿੱਤਰ ਸਿੰਘ ਜੀ ਦਾਸ ਤਾਂ ਬਹੁਤ ਛੋਟਾ ਹੈ ਡਾਕਟਰ ਸਾਹਿਬ ਤੋਂ ਵੀ ਮੈਂ 15 ਸਾਲ ਛੋਟਾ ਹੋਰ ਅਣਗਿਣਤ ਮੇਰੇ ਵੱਡੇ ਭੈਣ ਜੀ ਡਾਕਟਰ ਨਿਵੇਦਿਤ ਸਾਹਿਬ ਜੀ ਬਲਜੀਤ ਸਿੰਘ ਪਰਮਜੀਤ ਸਿੰਘ ਦੇ ਨਾਮ ਲੈਣ ਲੱਗ ਗਏ ਨਾ ਮੇਰਾ ਖਿਆਲ ਹੈ ਸਾਰੇ ਉਹਨਾਂ ਦਾ ਇੱਕ ਇੰਸਟੀਟਿਊਸ਼ਨ ਹੋ ਜਿਹੜਾ ਉਹਨਾਂ ਨੇ ਖੜਾ ਕਰਤੀ ਜੀ ਜੀ ਉਹਨਾਂ ਨੇ ਆਪਣੇ ਜੀਂਦੇ ਜੀ ਉਹਨਾਂ ਬੰਦਿਸ਼ਾਂ ਨੂੰ ਜਿੱਥੇ ਕੰਪੋਜ਼ ਕੀਤਾ ਸ਼ਬਦਾਂ ਦੀਆਂ ਸੁਰਲਿਪੀਆਂ ਬਣਾਈਆਂ ਕਿਤਾਬਾਂ ਛਪਾਈਆਂ ਉਹ ਆਪਣੇ ਵਿਦਿਆਰਥੀਆਂ ਨੂੰ ਸ਼ਾਗਿਰਦਾਂ ਨੂੰ ਸਿਖਾਈਆਂ ਉਹਨਾਂ ਦੀਆਂ ਪ੍ਰਸਤੁਤੀਆਂ ਕਰਾਈਆਂ ਮੈਨੂੰ ਯਾਦ ਹੈ ਜਦੋਂ ਮੈਂ PhD ਦਾ ਖੋਜ ਕਾਰਜ ਕੀਤਾ ਔਰ ਡਾਕਟਰ ਗੁਰਨਾਮ ਸਿੰਘ ਜੀ ਦੀ ਗਾਈਡੈਂਸ ਹੇਠਾਂ ਹੀ ਕੀਤਾ ਅਸੀਂ ਸਾਨੂੰ ਬਹੁਤ ਸਿੱਖੇ ਸਾਡੇ ਉਸਤਾਦ ਸਾਡੇ ਸੰਗੀਤ ਗੁਰੂ ਬਾਰੇ ਸਾਰੇ ਸੰਸਾਰ ਨੂੰ ਜ਼ਰੂਰ ਪਹੁੰਚਾਈਏ ਸਾਰਾ ਉਹਨਾਂ ਦੀ ਜੋ ਕੰਟਰੀਬਿਊਸ਼ਨ ਹੈ ਤੇ ਸਭ ਤੋਂ ਪਹਿਲੀ ਉਹਦੇ ਤੇ ਅਸੀਂ ਲਿਖਿਆ ਵੀ ਹੈ ਕਿ ਪਹਿਲੀ ਪੜਤਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 55 ਪੜਤਾਲਾਂ ਨੇ ਗ੍ਰੰਥ ਸਾਹਿਬ ਨੇ ਜਿਹੜੀ ਸਭ ਤੋਂ ਪਹਿਲੀ ਪੜਤਾਲ ਆ ਕਾਨੜਾ ਵਿੱਚ ਕੰਪੋਜ਼ ਕੀਤੀ ਮਨ ਜਾਪੋ ਹਰਾਮ ਗੋਪਾਲ ਉਹਨਾਂ ਨੇ ਡਾਕਟਰ ਗੁਰਨਾਮ ਸਿੰਘ ਜੀ ਇਹਨਾਂ ਦੇ ਭਰਾਤਾ ਬਚਿੱਤਰ ਸਿੰਘ ਜੀ ਡਾਕਟਰ ਜਬਰਜੰਗ ਸਿੰਘ ਜੀ ਖੁਦ ਉਹ ਪ੍ਰਿੰਸ ਸਾਹਿਬ ਆਪ ਨਾਲ ਬੈਠੇ ਔਰ ਮੰਜੇ ਸਾਹਿਬ ਦੀਵਾਨ ਹਾਲ ਗੁਰੂ ਰਾਮਦਾਸ ਦੇ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਜਿਹੜਾ ਰਾਗ ਦਰਬਾਰ ਹੁੰਦਾ ਉੱਥੇ ਗਵਾਈ ਜਦੋਂ ਉਹ ਸੰਗਤਾਂ ਨੇ ਉਹ ਸੁਣਿਆ ਸਾਰਾ ਵੀ ਰਾਗ ਵਿੱਚ ਇੰਨੀ ਵਧੀਆ ਕੰਪੋਜੀਸ਼ਨ ਸੁਣੀ ਤਾਂ ਉਹਦਾ ਅਸਰ ਹੋਣਾ ਸੁਭਾਵਿਕ ਹੀ ਸੀ ਹੌਲੀ ਹੌਲੀ ਕਰਕੇ ਇਸ ਤਰ੍ਹਾਂ ਹੀ ਇੱਕ ਉਹਨਾਂ ਨੇ ਕਹਿ ਲਓ ਵੀ ਇੱਕ ਲੀਹ ਪਾ ਦਿੱਤੀ ਔਰ ਪਟਿਆਲਾ ਵਿਖੇ ਉਹਨਾਂ ਨੇ ਗੁਰਮਤਿ ਸੰਗੀਤ ਸੁਸਾਇਟੀ ਦੀ ਸਥਾਪਨਾ ਵੀ ਕਰਵਾਈ ਗੁਰਮਤਿ ਸਿੰਘ ਸੁਸਾਇਟੀ ਦੇ ਰਾਹੀਂ ਹਰ ਵੀਰਵਾਰ ਕਿਸੇ ਨਾ ਕਿਸੇ ਗੁਰਸਿੱਖ ਦੇ ਘਰ ਜਾ ਕੇ ਕੀਰਤਨ ਹੁੰਦਾ ਸੀ ਨਿਰਧਾਰਿਤ ਰਾਗਾਂ ਵਿੱਚ ਹੁੰਦਾ ਸੀ ਡਾਕਟਰ ਗੁਰਨਾਮ ਸਿੰਘ ਜੀ ਜਿਵੇਂ ਕਿ ਅਲੰਕਾਰ ਸਿੰਘ ਜੀ ਕਹਿ ਰਹੇ ਸੀ ਉਹਨਾਂ ਨੇ ਕਈ ਕਿਤਾਬਾਂ ਜਿਹੜੀਆਂ ਉਹਨੇ ਉੱਤੇ ਲਿਖੀਆਂ ਉਹਨਾਂ ਨੂੰ ਨੀ ਇੱਕ ਜਿਹੜੀ ਰੱਖਣੀ ਪਈ ਕਿਹੜੀਆਂ ਕਿਤਾਬਾਂ ਜਿਹੜੀਆਂ ਜ਼ਰੂਰੀ ਸੀਗੀਆਂ ਵੀ ਉਹ ਕਹਿੰਦੇ ਨੇ ਪੜਤਾਲ ਲਿਖੀਆਂ ਤਾਂ ਪੜਤਾਲ ਪਹਿਲਾਂ ਸੀਨਾ ਵਸੀਨਾ ਨਹੀਂ ਚੱਲ ਰਹੀਆਂ ਸੀਗੀਆਂ ਇਹ ਨੀ ਕਿਹਾ ਜਾ ਸਕਦਾ ਕਿ ਪਹਿਲਾਂ ਪੜਤਾਲ ਚਲਾਵਾਂ ਨਹੀਂ ਸੀ ਚੱਲ ਰਹੀਆਂ ਪਰ ਨਿਰਧਾਰਿਤ ਰਾਗ ਦੇ ਵਿੱਚ ਪੜਤਾਲ ਨੂੰ ਪ੍ਰਚਾਰਨ ਵਿੱਚ ਪ੍ਰੋਫੈਸਰ ਤਾਰਾ ਸਿੰਘ ਜੀ ਦੀ ਮੋਹਰੀ ਭੂਮਿਕਾ ਹੈ ਔਰ ਖਾਸ ਤੌਰ ਤੇ ਜਿਹੜੇ ਨੌਜਵਾਨ ਜਿਹੜੇ ਸ਼ਿਸ਼ ਨੇ ਔਰ ਜਿਹੜੀ ਅਕਾਦਮਿਕ ਸਿੱਖਿਆ ਹੈ ਉਸ ਵਿੱਚ ਉਹਨਾਂ ਨੇ ਯੂਥ ਫੈਸਟੀਵਲ ਵਿੱਚ ਪੜਤਾਲ ਗਾਇਕੀ ਨੂੰ ਉਸਦਾ ਪ੍ਰਾਰੰਭ ਕੀਤਾ ਸ਼ਬਦ ਗਾਇਨ ਪ੍ਰਤੀਯੋਗਤਾਵਾਂ ਦਾ ਪ੍ਰਾਰੰਭ ਕੀਤਾ ਨਿਰਧਾਰਿਤ ਰਾਗਾਂ ਵਿੱਚ ਇਹ ਆਪਣੇ ਆਪ ਵਿੱਚ ਬੜੀ ਵੱਡੀ ਵੱਡਾ ਉਹਨਾਂ ਦਾ ਕੰਟਰੀਬਿਊਸ਼ਨ ਹੈ ਕਿਉਂਕਿ ਉਹ ਅਕਾਦਮਿਕਤਾ ਨਾਲ ਸਕੂਲ ਕਾਲਜਸ ਨਾਲ ਉਹ ਸੰਬੰਧ ਰੱਖਦੇ ਸੀ ਔਰ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਯੋਗਦਾਨ ਇਹ ਹੈ ਕਿ ਉਹਨਾਂ ਨੇ ਸੰਗੀਤ ਵਿਸ਼ੇ ਨੂੰ ਤਾਂ ਪ੍ਰਫੁੱਲਿਤ ਕੀਤਾ ਹੀ ਉਸ ਬਾਰੇ ਵੀ ਆਪਾਂ ਗੱਲ ਕਰਾਂਗੇ ਔਰ ਉਹਦੇ ਨਾਲ ਗੁਰਮਤਿ ਸੰਗੀਤ ਵਿਸ਼ੇ ਨੂੰ ਉਸ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਪ੍ਰਕਾਸ਼ਨਾਵਾਂ ਕਰਾਈਆਂ ਅਗਰ ਅਸੀਂ ਪ੍ਰਕਾਸ਼ਨਾਵਾਂ ਦਾ ਇਤਿਹਾਸ ਵੇਖਦੇ ਹਾਂ ਤੇ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆਪਾਂ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਪੰਜਾਬੀ ਯੂਨੀਵਰਸਿਟੀ ਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਦੀ ਪਹਿਲੀ ਪੁਸਤਕ ਗੁਰੂ ਤੇਗ ਬਹਾਦਰ ਰਾਗ ਰਤਨਾਵਲੀ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ ਕੀਤੀ ਔਰ ਉਸ ਸਮੇਂ ਤੱਕ ਬਹੁਤ ਘੱਟ ਪੁਸਤਕਾਂ ਸੁਰਲਿਪੀਬੱਧ ਰੂਪ ਵਿੱਚ ਸਾਡੇ ਸਾਹਮਣੇ ਆਉਂਦੀਆਂ ਨੇ ਦੋ ਪੁਸਤਕਾਂ ਸਾਡੇ ਸਾਹਮਣੇ ਆਉਂਦੀਆਂ ਨੇ ਗੁਰਮਤਿ ਸੰਗੀਤ ਪਰ ਹੁਣ ਤੱਕ ਮਿਲੀ ਖੋਜ ਉਸ ਵਿੱਚ ਕੁਝ ਰਚਨਾਵਾਂ ਨੇ ਔਰ ਬਾਕੀ ਗੁਰਬਾਣੀ ਸੰਗੀਤ ਗਿਆਨ ਸਿੰਘ ਐਪਟਾਬਾਦ ਹੋਰਾਂ ਦੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਕਾਸ਼ ਕੀਤੀ ਇਸ ਸਾਹਿਬ ਨੇ ਨਿਰਧਾਰਿਤ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਔਰ ਫਿਰ ਉਦੋਂ ਬਾਅਦ ਇੱਕ ਸਿਲਸਿਲਾ ਉਹਨਾਂ ਨੇ ਸ਼ੁਰੂ ਕਰ ਲਿਆ ਕਿ ਹਰ ਗੁਰੂ ਸਾਹਿਬਾਨ ਦੀ ਬਾਣੀ ਨੂੰ ਨਿਰਧਾਰਿਤ ਰਾਗਾਂ ਵਿੱਚ ਸ਼ਬਦ ਕੀਰਤਨ ਰਚਨਾ ਦੇ ਰੂਪ ਵਿੱਚ ਸੁਰਲਿਪੀਬੱਧ
ਉਹਨਾਂ ਨੇ ਕਰਨਾ ਸ਼ੁਰੂ ਕੀਤਾ ਔਰ ਆਪਣਾ ਜੀਵਨ ਸਾਰਾ ਉਹਨਾਂ ਨੇ ਸਮਰਪਿਤ ਕਰ ਦਿੱਤਾ। ਉਸੇ ਸਿਲਸਿਲੇ ਦੇ ਵਿੱਚ ਗੁਰੂ ਨਾਨਕ ਰਾਗ ਰਤਨਾਵਲੀ, ਗੁਰੂ ਅੰਗਦ ਰਾਗ ਰਤਨਾਵਲੀ, ਗੁਰੂ ਅਮਰਦਾਸ ਰਾਗ ਰਤਨਾਵਲੀ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨੇ ਪ੍ਰਕਾਸ਼ਿਤ ਕੀਤੀ, ਗੁਰੂ ਰਾਮਦਾਸ ਰਾਗ ਰਤਨਾਵਲੀ, ਗੁਰੂ ਅਰਜਨ ਰਾਗ ਰਤਨਾਵਲੀ ਇਹ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤੀਆਂ, ਗੁਰੂ ਗੋਬਿੰਦ ਸਿੰਘ ਰਾਗ ਰਤਨਾਵਲੀ ਅੰਮ੍ਰਿਤ ਪ੍ਰੀਤਮ ਟਰੱਸਟ ਨੇ ਪ੍ਰਕਾਸ਼ਿਤ ਕੀਤੀ, ਭਗਤ ਰਾਗ ਰਤਨਾਵਲੀ, ਭਗਤ ਕਬੀਰ ਰਾਗ ਰਤਨਾਵਲੀ, ਨਾਮਦੇਵ ਰਾਗ ਰਤਨਾਵਲੀ ਔਰ ਰਵਿਦਾਸ ਰਾਗ ਰਤਨਾਵਲੀ ਫਿਰ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤੀ ਔਰ ਇੱਕ ਸੁਸਾਇਟੀ ਜਿਹੜੀ ਉਹਨਾਂ ਨੇ ਖੜੀ ਕੀਤੀ ਸੀ ਗੁਰਮਤਿ ਸੰਗੀਤ ਸੁਸਾਇਟੀ, ਉਸਨੇ ਉਹਨਾਂ ਦੀਆਂ ਸਾਰੀਆਂ ਪ੍ਰਕਾਸ਼ਨਾਵਾਂ ਕਰਾਈਆਂ। ਹੁਣ ਵੀ ਅਸੀਂ ਗੁਰਮਤਿ ਸੰਗੀਤ ਫਾਊਂਡੇਸ਼ਨ ਵੱਲੋਂ ਉਹਨਾਂ ਦੇ ਬਾਕੀ ਜਿਹੜੇ ਕਾਰਜ ਨੇ ਉਹਨਾਂ ਨੂੰ ਪ੍ਰਕਾਸ਼ਿਤ ਕਰ ਰਹੇ ਹਾਂ ਔਰ ਚਾਹੁੰਦੇ ਹਾਂ ਕਿ ਉਹਨਾਂ ਦੁਆਰਾ ਕੀਤੇ ਗਏ ਸਾਰੇ ਕਾਰਜ ਸਾਰੇ ਵਿਸ਼ਵ ਵਿੱਚ ਜਾਣ, ਕਿਉਂਕਿ ਸਾਡੀ ਬੜੀ ਵੱਡੀ ਧਰੋਹਰ ਨੇ। ਜਦੋਂ ਸ਼ਬਦ ਕੀਰਤਨ ਰਚਨਾ ਦੇ ਰੂਪ ਦੇ ਵਿੱਚ ਨਿਰਧਾਰਤ ਰਾਗ ਵਿੱਚ ਇੱਕ ਅਸੀਂ ਰਚਨਾ ਨੂੰ ਅੰਕਿਤ ਕਰ ਦਿੰਦੇ ਹਾਂ ਤੇ ਉਹ ਆਪਣੇ ਆਪ ਦੇ ਵਿੱਚ ਸਾਡੀ ਇੱਕ ਬੜੀ ਵੱਡੀ ਵਿਰਾਸਤ ਹੋ ਜਾਂਦੀ ਹੈ, ਕੋਈ ਵੀ ਉਸ ਤੋਂ ਲਾਭ ਲੈ ਸਕਦਾ, ਕੀਰਤਨੀਆਂ ਵੀ, ਸਿਖਿਆਰਥੀ ਵੀ, ਵਿਦਿਆਰਥੀ ਵੀ, ਖੁਜਾਰਥੀ ਵੀ। ਔਰ ਇਸ ਸੰਦਰਭ ਦੇ ਵਿੱਚ ਪੈ ਸਾਹਿਬ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਔਰ ਵੱਡੇ ਵੱਡੇ ਜਿਹੜੇ ਭਾਰਤੀ ਸੰਗੀਤ ਦੇ ਉਸਤਾਦ ਨੇ ਜਿਹਨਾਂ ਨੇ ਸੰਗੀਤ ਰਚਨਾਵਾਂ ਰਚੀਆਂ ਉਹਨਾਂ ਨਾਲੋਂ ਕਿਤੇ ਜ਼ਿਆਦਾ ਕੰਮ ਪੈ ਸਤਾਰਾ ਸਿੰਘ ਜੀ ਨੇ ਗੁਰਮਤਿ ਸੰਗੀਤ ਵਿੱਚ ਕੀਤਾ ਔਰ ਸੰਗੀਤ ਵਿਸ਼ੇ ਵਿੱਚ ਵੀ ਕੀਤਾ। ਜੀ, ਜਦੋਂ ਅਸੀਂ ਰਚਨਾਵਾਂ ਦੀ ਗੱਲ ਕਰਦੇ ਹਾਂ ਤਾਂ ਸਕੂਲ ਦੇ ਪੱਧਰ ਤੇ, ਕਾਲਜ ਪੱਧਰ ਤੇ, ਯੂਨੀਵਰਸਿਟੀ ਪੱਧਰ ਤੇ ਤਾਂ ਠੀਕ ਹੈ ਉਹ ਗੱਲ, ਪਰ ਕੀ ਉਹਨੂੰ ਕੀਰਤਨ ਦੇ ਵਿੱਚ ਉਹਨੂੰ ਸ਼ਿਫਟ ਹੋ ਸਕੀ ਉਹ? ਬਿਲਕੁਲ, ਸਤਾਰਾ ਸਿੰਘ ਜੀ ਦੀਆਂ ਰਚਨਾਵਾਂ ਕੋਈ ਇਹ ਨਹੀਂ ਕਿ ਉਹ ਕੇਵਲ ਉਹ ਸਕੂਲੀ ਬੱਚਿਆਂ ਲਈ ਜਾਂ ਜਿਹੜੇ ਕੋਈ ਵਿਦਿਆਰਥੀ ਉਹਨਾਂ ਲਈ ਹੈ। ਜੀ, ਪੈ ਸਾਹਿਬ ਨੇ ਇੰਨੀਆਂ ਅੱਛੀਆਂ ਰਚਨਾਵਾਂ ਕੀਤੀਆਂ ਨੇ, ਈਵਨ ਇੱਕ ਇੱਕ ਸ਼ਬਦ ਦੀ ਉਹ ਕਈ ਵਾਰ ਤਿੰਨ ਤਿੰਨ ਚਾਰ ਚਾਰ ਬੰਦਿਸ਼ਾਂ ਬਣਾ ਦਿੰਦੇ ਹੁੰਦੇ ਸੀ ਕਿ ਜੇ ਉਹ ਬੱਚੇ ਨੇ ਸਿੱਖਣੀ ਹੈ, ਬੱਚੇ ਨੇ ਗਾਉਣੀ ਹੈ ਤਾਂ ਸਰਲ ਹੋਵੇ, ਕੋਈ ਥੋੜਾ ਅੱਛਾ ਜਿਹੜਾ ਗੁਣੀ ਹੈ, ਥੋੜਾ ਸਿੱਖਿਆ ਹੋਇਆ ਉਹਨੇ ਗਾਉਣਾ ਤਾਂ ਉਹਦੇ ਲਈ ਹੋਰ ਹੋਰ ਉਹਨੂੰ ਔਖੀ ਕਰਕੇ ਵੀ ਹੋਰ ਵਧੀਆ ਸ਼ਿੰਗਾਰਿਕ ਬਣਾ ਕੇ ਕਰਾ ਦਿੰਦੇ ਸਨ। ਜੀ, ਔਰ ਦੇਖੋ ਉਹਨਾਂ ਦੀ ਜਿਹੜੀ ਇਹ ਕੁਸ਼ਲਤਾ ਹੈ ਨਾ ਕੰਪੋਜੀਸ਼ਨ ਕਰਨ ਦੀ, ਇੱਥੇ ਜ਼ਾਹਿਰ ਹੋ ਜਾਂਦੀ ਹੈ ਕਿ ਇੱਕ ਇੱਕ ਰਾਗ 'ਚ ਜੇ ਉਹਨਾਂ ਨੇ 100 ਸ਼ਬਦਾਂ ਦੀ ਵੀ ਕੰਪੋਜੀਸ਼ਨ ਬਣਾਈ ਹੈ, 100 ਦੀਆਂ 100 ਹੀ ਸਾਨੂੰ ਅਲੱਗ ਵਿਲੱਖਣ ਹੀ ਲੱਗਦੀਆਂ ਨੇ। ਜੀ, ਹੁਣ ਪੜਤਾਲਾਂ ਦੀ ਗੱਲ ਕਰੀਏ ਤਾਂ ਇਕੱਲੇ ਸਾਰੰਗ ਰਾਗ ਵਿੱਚ 16 ਪੜਤਾਲਾਂ ਹਨ। ਹੁਣ 16 ਦੀਆਂ 16 ਪੜਤਾਲਾਂ ਉਹਨਾਂ ਨੂੰ ਸੁਣ ਕੇ, ਉਹਨਾਂ ਨੂੰ ਸਿੱਖ ਕੇ, ਸੁਣਾ ਕੇ ਇਹ ਨਹੀਂ ਲੱਗਦਾ ਕਿ ਇੱਕ ਵਿਅਕਤੀ ਨੇ ਕੰਪੋਜ਼ ਕੀਤੀਆਂ, ਉਹ ਲੱਗਦਾ ਕਿ ਪਤਾ ਨੀ ਕਿੱਥੋਂ ਇੰਨੀਆਂ ਸੁਰਾਵਲੀਆਂ ਉਹਦੇ ਵਿੱਚ ਆ ਰਹੀਆਂ ਨੇ, ਇੱਕ ਹੀ ਰਾਗ ਵਿੱਚ ਇੰਨੀ ਬਾਣੀ ਨੂੰ ਜਿਹੜਾ ਕੰਪੋਜ਼ ਕਰ ਦੇਣਾ। ਮਤਲਬ ਉਹ ਕੀਰਤਨੀਆਂ ਤੱਕ ਵੀ ਪਹੁੰਚੀਆਂ, ਕਿਉਂਕਿ ਗੁਰੂ ਘਰ ਦੇ ਕੀਰਤਨੀਆਂ ਜਿਹੜੇ ਪਹਿਲੇ ਉਹ ਇਸ ਵਿਦਿਆ ਦੇ ਨਾਲ, ਗੁਰਮਤਿ ਸੰਗੀਤ ਦੀ ਵਿਦਿਆ ਨਾਲ ਨਹੀਂ ਜੁੜੇ ਹੋਏ ਸੀਗੇ। ਹੁਣ ਜਿਹੜੀ ਪਿਛਲੇ 2 ਸਾਲ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਪੜਤਾਲ ਗਾਇਨ ਦਰਬਾਰ ਆਯੋਜਿਤ ਕੀਤਾ ਜਾ ਰਿਹਾ ਹੈ, ਕੀਰਤਨਕਾਰਾਂ ਤੇ ਕੀ ਪ੍ਰਭਾਵ ਪਿਆ? ਉਹ ਹੀ ਪ੍ਰਭਾਵ ਪਿਆ ਕਿ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਜਦੋਂ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਸ਼ੁਰੂ ਕੀਤਾ ਤਾਂ ਉਸ ਵੇਲੇ ਪੰਜਾਬੀ ਆਪਣਾ ਪਟਿਆਲਾ ਦੇ ਵਿੱਚ ਗੁਰਮਤਿ ਸੰਗੀਤ ਸੁਸਾਇਟੀ ਸੀ ਔਰ 1989 ਦੇ ਵਿੱਚ ਸਾਹਿਬ ਅਕਾਲ ਚਲਾਣਾ ਕਰ ਗਏ ਔਰ 91 ਦੇ ਵਿੱਚ ਸੁੱਚਾ ਸਿੰਘ ਜੀ ਉਹ ਪਟਿਆਲਾ ਆਏ ਔਰ ਇੱਥੇ ਆ ਕੇ ਉਹਨਾਂ ਨੇ ਜਦੋਂ ਕਿਹਾ ਕਿ ਅਸੀਂ ਕੋਈ ਗੁਰਮਤਿ ਸੰਗੀਤ ਦਰਬਾਰ ਕਰਨਾ ਚਾਹੁੰਦੇ ਹਾਂ ਤਾਂ ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਨੇ ਕਿਹਾ ਕਿ ਉਸਦਾ ਨਾਂ ਗੁਰਮਤਿ ਸੰਗੀਤ ਸੰਮੇਲਨ ਰੱਖੋ ਔਰ ਬੀਬੀ ਜਸਵੀਰ ਕੌਰ ਖਾਲਸਾ ਨੇ ਕਿਹਾ ਫਿਰ ਉਹ ਅਦੁੱਤੀ ਹੋਣਾ ਚਾਹੀਦਾ। ਇਸ ਤਰ੍ਹਾਂ ਇਹ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਬਣ ਗਿਆ ਔਰ ਉਹਦੇ ਲਈ ਇੱਕ ਰਾਗ ਨਿਰਣਾਇਕ ਕਮੇਟੀ ਬਣਾਈ ਔਰ ਰਾਗ ਨਿਰਣਾਇਕ ਕਮੇਟੀ ਦੇ ਵਿੱਚ ਪੰਡਿਤ ਦਲੀਪ ਚੰਦਰ ਵੇਦੀ ਉਹਦੇ ਸਿਰਮੌਰ ਸੀਗੇ, ਬਾਕੀ ਸਾਰੇ ਸੰਗੀਤਕਾਰ ਕੀਰਤਨਕਾਰ ਵੀ ਉਸ ਵਿੱਚ ਸ਼ਾਮਿਲ ਸੀ। ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਪੈ ਸਤਾਰਾ ਸਿੰਘ ਉਹਨਾਂ ਦਾ ਲਿਟਰੇਚਰ ਉੱਥੇ ਲਿਜਾਣ ਦਾ ਸੁਭਾਗ ਮਿਲਿਆ ਔਰ ਅੱਜ ਅਸੀਂ ਵੇਖਦੇ ਹਾਂ ਕਿ ਰਾਗ ਨਿਰਣਾਇਕ ਕਮੇਟੀ ਵਿੱਚ ਜੋ ਪੈ ਸਤਾਰਾ ਸਿੰਘ ਜੀ ਦੀ ਖੋਜ ਹੈ ਉਹਦੇ ਵਿੱਚ ਜ਼ਿਆਦਾ ਜਿਹੜੇ ਸਰੂਪ ਨੇ ਉਹਨਾਂ ਰਾਗਾਂ ਦੇ ਉਹ ਬਸ ਤਾਰਾ ਸਿੰਘ ਜੀ ਦੀ ਖੋਜ ਤੇ ਆਧਾਰਿਤ ਹੋਏ ਕਿਉਂਕਿ ਇਹ ਗੁਰਮਤਿ ਸੰਗੀਤ ਦੇ ਨੇੜੇ ਸੀ। ਇਸ ਸਾਹਿਬ ਦੇ ਕੋਲ ਗੁਰਮਤਿ ਸੰਗੀਤ ਦੀ ਟਕਸਾਲੀ ਵਿੱਦਿਆ ਵੀ ਸੀ, ਭਾਰਤੀ ਸ਼ਾਸਤਰੀ ਸੰਗੀਤ ਦੀ ਤਾਲੀਮ ਵੀ ਸੀ, ਗੁਰਬਾਣੀ ਦਾ ਅਧਿਐਨ ਵੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਵੀ ਸੀ। ਸੋ ਸਾਰਿਆਂ ਨੂੰ ਇੱਕ ਸੰਤੁਲਿਤ ਪਹੁੰਚ ਦੁਆਰਾ, ਵਿਗਿਆਨਿਕ ਪਹੁੰਚ ਦੁਆਰਾ ਉਹਨਾਂ ਨੇ ਰਾਗਾਂ ਦੇ ਸਰੂਪ ਨਿਰਧਾਰਨ ਕੀਤੇ ਜਿਸ ਨੂੰ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿੱਚ ਸਾਰੇ ਕੀਰਤਨੀਆਂ ਨੇ ਬਾਖੂਬੀ ਗਾਇਆ ਔਰ ਇਸ ਦੇ ਵਿੱਚ ਉਹ ਕੰਟਰੀਬਿਊਸ਼ਨ ਜਿਹੜਾ ਪੈ ਸਾਹਿਬ ਦਾ ਸੀ ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਹੈ ਔਰ ਅੱਜ ਅਸੀਂ ਵੇਖਦੇ ਹਾਂ ਕਿ ਕਿਸੇ ਨੇ ਵੀ ਕੋਈ ਰਾਗਾਤਮਕ ਗਾਇਨ ਕਰਨਾ ਹੈ ਤੇ ਉਹ ਪੈ ਸਾਹਿਬ ਦੇ ਕੰਮ ਨੂੰ ਵੇਖਦਾ। ਮੈਨੂੰ ਯਾਦ ਹੈ ਕਿ 1983 ਵਿੱਚ ਉਹਨਾਂ ਦੀ ਕਿਤਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ ਵੀ ਪ੍ਰਕਾਸ਼ਿਤ ਨਹੀਂ ਸੀ ਹੋਈ ਔਰ ਮੈਨੂੰ ਉਹਨਾਂ ਨੇ ਪ੍ਰੇਰ ਕੇ ਮੇਰੇ ਕੋਲ ਲਿਖਵਾਈ ਉਹਨਾਂ ਨੇ ਕਿਤਾਬ ਆਦਿ ਗ੍ਰੰਥ ਰਾਗ ਕੋਸ਼। ਉਹ ਕਹਿੰਦੇ ਸੀ ਕਿ ਸੰਗੀਤ ਦੇ ਗ੍ਰੰਥਾਂ ਵਿੱਚ ਲੱਭ ਲੱਭ ਕੇ ਲਿਆਓ ਕਿ ਸਾਡੇ ਰਾਗਾਂ ਦੇ ਸਰੂਪ ਉੱਧਰ ਕੀ ਨੇ
ਔਰ ਉਸਦੇ ਆਧਾਰ 'ਤੇ ਉਹ ਆਦਮਨ ਤਨਾਕ ਕੁਛ ਬਣਵਾ ਕੇ ਫਿਰ ਉਦੋਂ ਬਾਅਦ ਸਾਰਾ ਇੱਕ ਸਿਲਸਿਲਾ ਸ਼ੁਰੂ ਹੋ ਗਿਆ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਰਾਗਾਤਮਕ ਖੋਜ ਦਾ। ਔਰ ਅੱਜ ਸਾਰੇ ਕੀਰਤਨੀ ਸੰਗੀਤਕਾਰ, ਗੁਰਮਤਿ ਸੰਗੀਤਕਾਰ, ਖੁਜਾਰਤੀ, ਵਿਦਿਆਰਥੀ, ਔਰ ਅਕਾਦਮਿਕ ਤੌਰ 'ਤੇ ਪੈਸਾ ਦਾ ਜਿਹੜਾ ਕਾਰਜ ਹੈ ਉਹ ਸਾਰਾ ਯੂਨੀਵਰਸਿਟੀ ਵਿੱਚ ਪੜ੍ਹਾਇਆ ਜਾ ਰਿਹਾ। ਦੇਖਿਆ ਸੀ ਜਦੋਂ ਤੁਸੀਂ ਉਹਨੂੰ ਪੂਰਾ ਕਰ ਰਹੇ ਸੀ, ਕੀ ਅਹਿਸਾਸ ਸੀ? ਅਹਿਸਾਸ ਇਹੀ ਸੀ ਕਿ ਜਦ ਦੇਖੋ ਜੋ ਇੱਕ ਇੱਕ ਪੁੱਤਰ ਲਈ, ਇੱਕ ਸ਼ਿਸ਼ ਦੇ ਲਈ ਇਹ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੁੰਦੀ। ਮੇਰੇ ਪਿਤਾ ਜੀ ਕੀਰਤਨੀਏ ਸੀ ਔਰ ਮੇਰੇ ਉਸਤਾਦ ਜਿਹੜੇ ਸੀ ਗੁਰਮਤਿ ਸੰਗੀਤ ਔਰ ਸੰਗੀਤ ਦੇ ਵੱਡੇ ਉਸਤਾਦ ਸੀ, ਤਾਂ ਦੋਹਾਂ ਦੀ ਜਦੋਂ ਮੈਂ ਇੱਛਾ ਪੂਰਤੀ ਕਰ ਰਿਹਾ ਸੀ ਤੇ ਮੇਰੇ ਲਈ ਇਹ ਤੋਂ ਵੱਡਾ ਸੁਭਾਗ ਨਹੀਂ ਫਿਰ ਉਹ ਚਾਂਸ ਮਿਲ ਜਾਣਾ। ਸੋ ਇਸ ਵੇਲੇ ਸਾਰੀ ਦੁਨੀਆਂ ਦੇ ਵਿੱਚ ਜਿੱਥੇ ਪੰਜਾਬੀ ਯੂਨੀਵਰਸਿਟੀ 'ਚ ਗੁਰਮਤਿ ਸੰਗੀਤ ਚੇਅਰ ਹੈ, ਗੁਰਮਤਿ ਸੰਗੀਤ ਵਿਭਾਗ ਹੈ, ਗੁਰਮਤਿ ਗਿਆਨ ਆਨਲਾਈਨ ਹੈ, ਬਾਹਰ ਦੀਆਂ ਯੂਨੀਵਰਸਿਟੀਆਂ 'ਚ ਚੇਅਰ ਆਫ ਸਿੱਖ ਮਿਊਜ਼ਿਕਾਲੋਜੀ ਬਣ ਰਹੀ ਹੈ ਔਰ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਕੰਮ ਕਰ ਰਹੀਆਂ, ਤਾਂ ਉੱਥੇ ਪੈਸੇ ਤਾਰਾ ਸਿੰਘ ਜੀ ਦਾ ਜਿਹੜਾ ਯੋਗਦਾਨ ਹੈ, ਬਾਕੀ ਵੀ ਸਾਰੇ ਸੰਗੀਤਕਾਰਾਂ ਦਾ ਬਹੁਤ ਯੋਗਦਾਨ ਹੈ, ਉਹ ਸਾਰੇ ਸਭ ਦੇ ਸਾਹਮਣੇ ਜਾ ਰਿਹਾ ਔਰ ਸਾਨੂੰ ਇਸ ਕਰਕੇ ਬਹੁਤ ਜ਼ਿਆਦਾ ਅਸੀਂ ਸੰਤੁਸ਼ਟ ਹਾਂ ਕਿ ਅਸੀਂ ਭਾਈ ਸਾਹਿਬ ਦੇ ਕੰਮ ਨੂੰ ਸਾਰਿਆਂ ਦੇ ਸਨਮੁੱਖ ਰੱਖ ਸਕੇ ਔਰ ਅੱਜ ਅਸੀਂ ਐਪਰੀਸ਼ੀਏਟ ਕਰ ਰਹੇ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਦਰਸ਼ਕਾਂ ਦੇ ਸਨਮੁੱਖ। ਡਾਕਟਰ ਅਲੰਕਾਰ ਸਿੰਘ ਜੀ, ਤੁਸੀਂ ਉਹਨਾਂ ਦੇ ਸ਼ਾਗਿਰਦ ਹੋ, ਡਾਕਟਰ ਗੁਰਨਾਮ ਸਿੰਘ ਉਹਨਾਂ ਦੇ ਸ਼ਾਗਿਰਦ ਨੇ, ਇਸ ਖਿੱਤੇ ਦੇ ਵਿੱਚ ਇਹੋ ਜਿਹੇ ਹੋਰ ਕਿਹੜੇ ਬੰਦੇ ਨੇ ਜਿਹੜੇ ਉਹਨਾਂ ਦਾ ਨਾਮ ਨਾਲ ਜਿਹੜਾ ਖੱਟ ਰਹੇ ਨੇ ਪ੍ਰੋਫੈਸਰ ਤਾਰਾ ਸਿੰਘ ਜੀ ਦੀ ਬਦੌਲਤ? ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ, ਪ੍ਰੋਫੈਸਰ ਸਾਹਿਬ ਨੇ ਨਾ ਕੇਵਲ ਉਹਨਾਂ ਨੇ ਕਾਲਜ 'ਚ ਸਿਖਾਇਆ ਜੀ, ਉਸ ਤੋਂ ਇਲਾਵਾ ਉਹਨਾਂ ਨੇ ਘਰ ਵਿੱਚ ਵੀ ਸਵੇਰ ਦੇ 4 ਵਜੇ ਤੋਂ ਲੈ ਕੇ ਰਾਤ ਲੇਟ ਤੱਕ ਉਹਨਾਂ ਦੇ ਸ਼ਾਗਿਰਦਾਂ ਦਾ ਤਾਂ ਲੱਗਿਆ ਹੀ ਰਹਿੰਦਾ ਸੀ। ਅੱਛਾ ਜੀ। ਡਾਕਟਰ ਗੁਰਨਾਮ ਸਿੰਘ ਜੀ ਸਭ ਤੋਂ ਪਹਿਲਾਂ ਸਵੇਰੇ ਉਹਨਾਂ ਦੇ ਘਰ ਇਹ ਪਹੁੰਚਦੇ ਸਨ ਔਰ ਡਾਕਟਰ ਜਬਰਜੰਗ ਸਿੰਘ ਜੀ ਮੈਨੂੰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਜੀ, ਤੇ ਦਾਸ ਨੂੰ ਬੜੀ ਖੁਸ਼ਕਿਸਮਤੀ ਇਹ ਹੈ ਕਿ ਮੈਂ ਤਾਂ ਬਹੁਤ ਛੋਟਾ ਸੀ, 4 ਸਾਲ ਦਾ ਸੀ ਜਦੋਂ ਪ੍ਰੋਫੈਸਰ ਤਾਰਾ ਸਿੰਘ ਜੀ ਪਾਸੋਂ ਸਿੱਖਣ ਲੱਗਿਆ 1977 ਚ। ਉਹਨਾਂ ਨੇ ਇਹ ਨੀ ਪਰਵਾਹ ਕੀਤੀ ਕਿ ਉਹ ਇੰਨੀ ਵੱਡੀ ਪੋਸਟ ਤੋਂ ਰਿਟਾਇਰ ਹੋਏ ਹੋਏ ਸੀ, ਸਾਡੇ ਘਰ ਆ ਕੇ ਸਾਨੂੰ 11 ਸਾਲ ਮੈਨੂੰ ਤੇ ਮੇਰੀ ਵੱਡੀ ਭੈਣ ਜੀ ਨੂੰ ਸਿਖਾਇਆ। ਅੱਛਾ। ਉਹਨਾਂ ਦੇ ਮਿਸਿਸ ਨੇ ਵੀ ਕਈ ਵਾਰ ਕਹਿਣਾ ਕਿ ਤੁਹਾਨੂੰ ਕੀ ਲੋੜ ਪਈ ਹੈ, ਘਰੋਂ ਘਰੇ ਜਾ ਕੇ ਸਿਖਾਉਂਦੇ ਹੋ, ਜਿਹਨੇ ਸਿੱਖਣਾ ਉਹ ਆ ਜਾਏਗਾ ਤੁਹਾਡੇ ਕੋਲ। ਉਹਨਾਂ ਦਾ ਇੰਨਾ ਨਿਮਰ ਜਵਾਬ ਹੁੰਦਾ ਸੀ ਕਿ ਮੈਨੂੰ ਇਹ ਹੈ ਕਿ ਕੋਈ ਬੱਚੇ, ਕੋਈ ਛੋਟੇ ਜਾਂ ਵੱਡੇ, ਕੋਈ ਮੇਰੇ ਤੋਂ ਸਿੱਖਣ ਤੋਂ ਵਾਂਝੇ ਨਾ ਰਹਿ ਜਾਣ, ਸ਼ਾਇਦ ਉਹਨਾਂ ਦੇ ਮਾਤਾ ਪਿਤਾ ਇੰਨੀ ਵਾਰ ਮੇਰੇ ਕੋਲ ਨਹੀਂ ਲੈ ਕੇ ਆਉਣ। ਸੋ ਸਾਡੇ ਤੇ ਉਹਨਾਂ ਦੇ ਵਿਸ਼ੇਸ਼ ਕਿਰਪਾ ਹੋਈ, ਡਾਕਟਰ ਗੁਰਨਾਮ ਸਿੰਘ ਜੀ ਤੇ ਇਹਨਾਂ ਦੇ ਵੱਡੇ ਭਾਈ ਸਾਹਿਬ ਡਾਕਟਰ ਬਚਿੱਤਰ ਸਿੰਘ ਜੀ, ਇੰਨੇ ਸੁਨੇਹੀਆਂ ਕੀਰਤਨੀਆਂ ਨੇ ਉਹਨਾਂ ਤੇ ਵੀ। ਇਸ ਤੋਂ ਇਲਾਵਾ ਜੇ ਮੈਂ ਨਾਮ ਲੈਣ ਲੱਗ ਗਿਆ ਤਾਂ ਉਹ ਲਿਸਟ ਕਾਫੀ ਵੱਡੀ ਹੈ, ਬਹੁਤ ਵੱਡੀ ਲਿਸਟ ਹੈ, ਪਰ ਜੇ ਅਸੀਂ ਕਹੀਏ ਕਿ ਜਿਹੜੇ ਉਹਨਾਂ ਦੇ ਕੰਮ ਨੂੰ ਅੱਗੇ ਪਹੁੰਚਾ ਰਹੇ ਨੇ, ਤਾਂ ਡਾਕਟਰ ਨਿਵੇਦਿਤਾ ਸਿੰਘ ਦਾ ਅੱਛਾ ਕੰਮ ਹੈ, ਮੇਰੇ ਵੱਡੇ ਭੈਣ ਜੀ ਵੀ ਨੇ, ਔਰ ਇਸ ਤੋਂ ਇਲਾਵਾ ਡਾਕਟਰ ਜਬਰਜੰਗ ਸਿੰਘ ਨੇ ਸਿੱਖਿਆ ਸਾਹਿਬ ਨੇ ਜਿੱਥੇ ਸਾਨੂੰ ਬਹੁਤ ਵੱਡਾ ਕੰਟਰੀਬਿਊਸ਼ਨ ਦਿੱਤਾ, ਉੱਥੇ ਉਹਨਾਂ ਦੇ ਪਰਿਵਾਰ ਦਾ ਜ਼ਿਕਰ ਕਰਨਾ ਵੀ ਬਣਦਾ, ਉਹਨਾਂ ਦੇ ਪਰਿਵਾਰ ਦਾ ਸ਼੍ਰੀਮਤੀ ਸੁਰਜੀਤ ਕੌਰ ਜੀ, ਉਹਨਾਂ ਦਾ ਬੜਾ ਵੱਡਾ ਸਹਿਯੋਗ ਰਿਹਾ ਔਰ ਹੁਣ ਵੀ ਉਹਨਾਂ ਦੇ ਪਰਿਵਾਰ ਨੇ 2 ਐਂਡੋਮੈਂਟ ਫੰਡ ਜਿਹੜੇ ਨੇ ਪੰਜਾਬੀ ਯੂਨੀਵਰਸਿਟੀ ਨੂੰ ਦਿੱਤੇ ਨੇ। ਇਹੋ ਜਿਹੇ ਸੰਗੀਤਕਾਰ ਵੀ ਬਹੁਤ ਘੱਟ ਹੁੰਦੇ ਨੇ ਜਿਹਨਾਂ ਨੂੰ ਪਰਮਾਤਮਾ ਉਹਨਾਂ ਤੇ ਕਿਰਪਾ ਕਰੇ ਤੋਂ ਇੰਨਾ ਜ਼ਿਆਦਾ ਆਪਣੇ ਜੀਵਨ ਵਿੱਚ ਕੰਮ ਕਰ ਸਕਣ, ਚਾਹੇ ਸੰਗੀਤ ਹੋਵੇ ਚਾਹੇ ਗੁਰਮਤਿ ਸੰਗੀਤ ਹੋਵੇ, ਔਰ ਸ਼ਿਸ਼ ਉਹਨਾਂ ਨੂੰ ਮਿਲਣ, ਫਿਰ ਉਹਨਾਂ ਦਾ ਪਰਿਵਾਰ ਇੰਨਾ ਅੱਛਾ ਹੋਵੇ ਜਿਹੜਾ ਅੱਗੇ ਸੰਗੀਤ ਦੇ ਵਿਕਾਸ ਵਿੱਚ ਹਿੱਸਾ ਪਾਵੇ। ਸੋ ਇਸ ਵੇਲੇ ਜੋ ਪੰਜਾਬ ਦੀ ਸੰਗੀਤ ਪਰੰਪਰਾ ਦੀ ਅਸੀਂ ਪ੍ਰਫੁੱਲਤਾ ਵੇਖਦੇ ਹਾਂ, ਉਹਦੇ ਵਿੱਚ ਪ੍ਰੋਫੈਸਰ ਤਾਰਾ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ, ਚਾਹੇ ਸੰਗੀਤ ਵਿਸ਼ੇ ਦੇ ਵਿੱਚ ਹੋਵੇ ਤੇ ਚਾਹੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਹੋਵੇ। ਔਰ ਮੈਨੂੰ ਸਾਨੂੰ ਆਸ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਕੰਮ ਨੂੰ ਵੇਖਣਗੀਆਂ, ਵਾਚਣਗੀਆਂ ਔਰ ਆਪਣੇ ਅਧਿਐਨ ਤੇ ਖੋਜ ਦਾ ਵਿਸ਼ਾ ਜ਼ਰੂਰ ਬਣਾਉਣਗੇ। ਸੋ ਜਿੱਥੇ ਉਹਨਾਂ ਦੇ ਸਿਖਾਰਤੀ ਨੇ ਜਿਹੜੇ ਉਹ ਲੱਗੇ ਹੋਏ ਨੇ, ਉਹਨਾਂ ਦਾ ਪਰਿਵਾਰ ਵੀ ਇਸ ਵਾਰ ਵੱਧ ਭੂਮਿਕਾ ਨਿਭਾ ਰਿਹਾ ਜੀ। ਸੋ ਅਸੀਂ ਅਕਸਰ ਦੇਖਦੇ ਹਾਂ ਵੀ ਜਿਹੜੀਆਂ ਨੀਹਾਂ ਦੇ ਵਿੱਚ ਇੱਟਾਂ ਲੱਗੀਆਂ ਰਹਿ ਜਾਂਦੀਆਂ ਨੇ, ਉਹਨਾਂ ਨੂੰ ਕੋਈ ਨਹੀਂ ਪੁੱਛਦਾ ਤੇ ਨਾ ਉਹ ਦਿਖਦੀਆਂ ਨੇ। ਇਸੇ ਤਰ੍ਹਾਂ ਗੁਰਮਤਿ ਸੰਗੀਤ ਦੇ ਖੇਤਰ ਦੇ ਵਿੱਚ ਨੀਹਾਂ 'ਚ ਇੱਕ ਇੱਟ ਜਿਹੜੀ ਲੱਗੀ ਹੈ ਉਹ ਪ੍ਰੋਫੈਸਰ ਤਾਰਾ ਸਿੰਘ ਜੀ ਦੀ ਕਹੀ ਜਾ ਸਕਦੀ ਹੈ। ਸੋ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਤੇ ਪ੍ਰੋਫੈਸਰ ਤਾਰਾ ਸਿੰਘ ਬਾਰੇ ਇੰਨੀਆਂ ਖੂਬਸੂਰਤ ਗੱਲਾਂ ਸਾਨੂੰ ਦੱਸੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਗੁਰਬਾਣੀ ਗਾਵੇ ਭਾਈ, ਦੇਖਦੇ ਰਹੇ ਹੋ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਟੀਵੀ।